ਪੰਜਾਬ ਦੇ ਵਿੱਚ ਮੌਸਮ ਲਗਾਤਾਰ ਬਦਲ ਰਿਹਾ ਹੈ ਕਦੇ ਬਾਰਿਸ਼ ਤੇ ਕਦੇ ਧੁੱਪ ਤੇ ਕਦੇ ਉਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਮੌਸਮ ਦੇ ਇਸ ਬਦਲਾਵ ਦੀ وجہ ਦੇ ਨਾਲ ਲੋਕ ਬਿਮਾਰ ਵੀ ਹੋ ਰਹੇ ਨੇ ਮੰਗਲਵਾਰ ਸਵੇਰੇ ਬਾਰਿਸ਼ ਤੋਂ ਬਾਅਦ ਲਗਾਤਾਰ ਹਲਕੀ ਧੁੱਪ ਵੀ ਖਿਲੀ ਰਹੀ ਸ਼ਾਮ ਨੂੰ ਉਮਸ ਨੇ ਲੋਕਾਂ ਨੂੰ ਵਿਹਾਲ ਕਰ ਦਿੱਤਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਮੰਗਲਵਾਰ ਤੱਕ ਕਈ ਥਾਵਾਂ ਦੇ ਉੱਤੇ ਬਾਰਿਸ਼ ਹੋ ਸਕਦੀ ਹੈ ਜਗਲ ਪਠਾਨਕੋਟ ਜ਼ਿਲ੍ਹੇ ਦੀ ਕਰੀਏ ਤੇ ਪਿਛਲੇ ਕੁਝ ਦਿਨਾਂ ਤੋਂ ਇੱਥੇ ਮੌਸਮ ਦੇ ਵਿੱਚ ਬਦਲਾ ਵੇਖਿਆ ਜਾ ਰਿਹਾ ਹੈ ਕਿਤੇ ਕਨੇ ਬਦਲ ਤੇ ਕਦੀ ਰिम-ਚਿਮ ਵਰਸ਼ਾ ਇੱਥੇ ਲਗਾਤਾਰ ਹੋ ਰਹੀ ਹੈ ਤੇ ਇਸ ਵਿੱਚ ਤਿੱਖੀ ਧੁੱਪ ਵੀ ਖਿਲ ਜਾਂਦੀ ਹੈ ਇਸ ਦੀ ਵਜ੍ਹਾ ਦੇ ਨਾਲ ਸ਼ਾਮ ਨੂੰ ਉਮਸ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਲੋਕ ਹਾਲਤੋਂ ਬੇਹਾਲ ਹੋ ਰਹੇ ਨੇ ਮੰਗਲਵਾਰ ਸਵੇਰੇ ਕਰੀਬ 4 ਵਜੇ ਤੋਂ ਇੱਥੇ ਕਾਲੇ ਕਨੇ ਬਦਲ ਛਾ ਗਏ ਸੀ ਔਰ ਹਲਕੀ ਔਰ ਤੇਜ਼ ਬਾਰਿਸ਼ ਹੁੰਦੀ ਰਹੀ 8 ਵਜੇ ਤੱਕ ਰੁਕ ਰੁਕ ਕੇ ਬਾਰਿਸ਼ ਹੁੰਦੀ ਰਹੀ ਜਿਸ ਦੀ وجہ ਦੇ ਨਾਲ ਸਕੂਲ ਜਾਣ ਵਾਲੇ ਬੱਚਿਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਮੌਸਮ ਦੇ ਵਿੱਚ ਹੋ ਰਹੇ ਇਸ ਬਦਲਾਅ ਦੀ وجہ ਨਾਲ ਲੋਕ ਬਿਮਾਰ ਵੀ ਹੋ ਰਹੇ ਨੇ ਰਵੀਵਾਰ ਤੇ ਸੋਮਵਾਰ ਨੂੰ ਉਮਸ ਦੀ وجہ ਦੇ ਨਾਲ ਲੋਕ ਘਰਾਂ ਵਿੱਚ ਬੰਦ ਰਹੇ ਔਰ ਜਿਹੜੇ ਬਾਹਰ ਨਿਕਲੇ ਉਹ ਪਸੀਨੇ ਦੇ ਨਾਲ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ